हाँ जी जनाब, की हाल चाल है जी। मेरा नाम है सावन, तुसी देख रहे हो अपना चैनल मिस्टर सुनीत। आज आप पहुंचे जी कारविला दे विच, मिलाने हैं थानू इत्थे दे ओनर दे नाल। मिलो जी। राम नाम जी, सारे नू स्वागत है तुहाडा कारविला दे विच। मेरा नाम हनी गोयल है ते अज तुहाडे लई लेके आया एक स्पेशल वीडियो जिहदे विच आपां तुहानू बिल्कुल नवे वर्गियां कारां, अपर एंड मॉडल घट चलियां ते 100% गारंटी वालियां कारां देंगे जी, जिहदे विच इंजन दी, एक्सीडेंटल दी, डॉक्यूमेंटेशन दी साडी रिटर्न च जिम्मेवारी रहेगी, जिहड़ी भी कार तुसीं कारविला तों परचेज करोगे। नंबर इहनां दा इत्थे फ्लैश कर रहा होगा, तुसीं अगर कोई गड्डी पसंद आउंदी है तां तुसीं नंबर इहनां दा लै सकदे हो। सो कार दे वीडियो नूं शुरू देखो जी। सर, सब तों पहले तुहाडे लई लैके आया होया न्योज डीजल दे विच 2020 मॉडल है, 34,000 किलोमीटर चली है, बंपर टू बंपर ओरिजिनल, फर्स्ट ओनर फुल इंश्योर्ड, नवी मतलब नवी कार, और एवरेज की गल करिए घट्टो घट मतलब 28-30 की एवरेज कंफर्टेबली देती है। फुल इंश्योर्ड है, 1 रुपया भी कार से नहीं लगता जी, ब्रांड न्यू, बंपर से भी अगर स्क्रैच है वो जेनुअन है, कोई भी रीपेंट नहीं होएगा, इस चीज़ की साड़ी गारंटी रहेगी कार की। डिमांड की है सर? ये 5,90,000 रुपये की रेंज है जी, बाकी मौके पर जो रिकॉर्ड होएगा डेफिनेटली करवा दें। 5,90,000 की आस्किंग है, बाकी मौके पर हो सकता। न्योज 2021 मॉडल है जी, मैगना वेरिएंट है, उस तो बाद सिर्फ और सिर्फ मतलब 16,000 या 17,000 किलोमीटर चली हुई है, फर्स्ट ओनर है, फुल इंश्योर्ड है, नवी नकोर कार है, न्योज 2021 मॉडल। 21 मॉडल सर। प्राइस की गल करिए 5,90,000 रुपये की कस्टमर की एक्सपेक्टेशन है, बाकी मौके पर जो भी रिकॉर्ड होगा वो तुहाडे नाल सामने फेस टू फेस करा देना। ठीक, तो ओनर सर फर्स्ट ओनर फुल इंश्योर्ड। ठीक, ਹੋਰ ਨਿਓਸ? ਇੱਕ ਹੋਰ ਨਿਓਸ ਹੈ ਜੀ, ਨਿਓਸ ਦਾ ਮੇਲਾ ਲਗਾਇਆ ਹੋਇਆ ਆਪਾਂ ਅੱਜ, ਇੰਨੀਆਂ ਸ਼ੋਰੂਮ 'ਚ ਨਹੀਂ ਜਿੰਨੀਆਂ ਤੁਹਾਡੇ ਕੋਲ ਅਵੇਲੇਬਲ ਹੈ। ਬਿਲਕੁਲ ਇਹ ਸਰ 2022 ਮਾਡਲ ਹੈ, ਇਹ ਵੀ ਕਾਰ ਬੰਪਰ ਟੂ ਬੰਪਰ ਓਰਿਜਿਨਲ ਹੈ, ਫਸਟ ਓਨਰ ਹੈ, ਫੁੱਲ ਇੰਸ਼ੋਰਡ ਹੈ, ਸਪੋਰਟਸ ਵੇਰੀਐਂਟ ਹੈ, ਨਵੀਂ ਦੀ ਅਗਰ ਗੱਲ ਕਰੀਏ 8,70,000 ਰੁਪਏ ਦੀ ਨਵੀਂ ਹੈ ਜੀ, ਅਤੇ ਸਾਡਾ ਸਪੈਸੀਫਿਕ ਸਪੈਸ਼ਲ ਪ੍ਰਾਈਸ ਹੈਗਾ 6,75,000 ਰੁਪਇਆ, ਜੋ ਉਹਦੀ ਆਸਕਿੰਗ ਹੈ, ਬਾਕੀ ਮੌਕੇ 'ਤੇ ਹੋਰ ਵੀ ਕੋਈ ਰਿਕਾਰਡ ਹੋਏਗਾ ਤਾਂ ਡੈਫੀਨੇਟਲੀ ਕਰਾ ਦਿਓ। ਕਾਫੀ ਪੈਸਾ ਬਚਣ ਵਾਲਾ ਵਾ। ਬਿਲਕੁਲ। ਬਲੀਨੋ 2018 ਮਾਡਲ, ਸਭ ਤੋਂ ਟੌਪ ਐਂਡ ਮਾਡਲ ਅਲਫਾ ਵੇਰੀਐਂਟ ਹੈ ਜੀ, ਪੈਟਰੋਲ ਸੈਗਮੈਂਟ ਦੇ ਵਿੱਚ ਹੈ, ਠੀਕ ਹੈ ਜੀ, ਸੈਕਿੰਡ ਓਨਰ ਹੈ ਇਹ, 49,000 ਚੱਲੀ ਹੈ, ਅਲਾਈਟ ਐਰੇ ਦੇ ਵਿੱਚ ਐਕਸਟਰਾ ਲੱਗੇ ਹੋਏ ਹੈ, ਟੱਚ ਸਕਰੀਨ ਨੈਵੀਗੇਸ਼ਨ ਸਿਸਟਮ, ਸਾਰੇ ਫੀਚਰ ਇੰਸਟਾਲਡ ਹੈ ਇਹਦੇ ਵਿੱਚ, ਟੌਪ ਐਂਡ ਵੇਰੀਐਂਟ ਹੈ, ਔਰ ਪ੍ਰਾਈਸ ਦੀ ਗੱਲ ਕਰੀਏ 6.5 ਦੀ ਐਕਸਪੈਕਟੇਸ਼ਨ ਹੈ ਕਸਟਮਰ ਦੀ। 6.5 ਲੱਖ ਦੀ ਆਸਕਿੰਗ? ਬਿਲਕੁਲ। ਤੇ ਬਾਕੀ ਮੌਕੇ ਤੇ ਹੋ ਸਕਦਾ? ਸਾਰੀ ਕਾਰ ਜਿੰਨੀਆਂ ਵੀ ਤੁਹਾਨੂੰ ਮੈਂ ਦਿਖਾ ਰਹੀ ਹਾਂ ਸਾਰੀ ਨੈਗੋਸ਼ੀਏਬਲ ਮੌਕੇ ਤੇ ਨੈਗੋਸ਼ੀਏਬਲ, ਬਟ ਕੋਈ ਜ਼ਿਆਦਾ ਫਰਕ ਨਹੀਂ ਨਿਕਲਣਾ, ਜੋ ਵੀ ਤੁਹਾਡਾ ਮਾਨ ਹੋਏਗਾ ਡੈਫੀਨੇਟਲੀ ਕਰਾ ਦਾਂ। ਠੀਕ ਹੈ, ਓਨਰ ਸਰ ਇਹਦਾ ਫਸਟ? ਸੈਕਿੰਡ ਓਨਰ ਹੈ। ਸੈਕਿੰਡ ਓਨਰ i20 ਦੱਸਿਓ ਜੀ। ਇੱਕ ਹੋਰ ਨਵੇਂ ਵਰਗੀ ਕਾਰ ਹੈ ਤੁਹਾਡੇ ਲਈ, i20 ਇਲਾਈਟ ਸਪੋਰਟਸ ਮਾਡਲ, ਪੈਟਰੋਲ ਦੇ ਵਿੱਚ ਸਿਰਫ ਔਰ ਸਿਰਫ 17,000 ਚੱਲੀ ਹੋਈ ਕਾਰ ਹੈ ਜੀ, ਫਸਟ ਓਨਰ ਹੈ, ਫੁੱਲ ਇੰਸ਼ੋਰਡ ਹੈ, ਟੱਚ ਸਕਰੀਨ ਨੈਵੀਗੇਸ਼ਨ ਸਿਸਟਮ ਇੰਸਟਾਲਡ ਹੈ, ਸਟੀਅਰਿੰਗ ਕੰਟਰੋਲ, ਅਲਾਈਟ ਐਰ ਕਸਟਮਰ ਨੇ ਐਕਸਟਰਾ ਪਵਾਇਆ ਹੈ, 16,000 ਤੋਂ 17,000 ਚੱਲੀ ਕਾਰ ਨਹੀਂ ਮਿਲਣੀ ਤੁਹਾਨੂੰ। ਬਹੁਤ ਲੈਸ ਡਰਿਵਨ ਗੱਡੀ ਆ, ਮਤਲਬ ਗੇੜੇ ਗੋੜੇ ਮਾਰ ਕੇ ਖੜਾ ਦਿੱਤੇ ਬਸ। ਬਿਲਕੁਲ ਬਿਲਕੁਲ ਸਰ, ਇਹ NRI ਕਸਟਮਰ ਸੀ, ਬਾਹਰ ਚਲੇ ਗਏ ਹੋਏ ਆ, ਤੇ ਤਕਰੀਬਨ ਪ੍ਰਾਈਸ ਦੀ ਗੱਲ ਕਰੀਏ 6,40,000 ਰੁਪਏ ਦੀ ਉਹਨਾਂ ਦੀ ਐਕਸਪੈਕਟੇਸ਼ਨ ਆ, ਮੌਕੇ ਤੇ ਜੋ ਰਿਕਾਰਡ ਹੋਏਗਾ ਆਪਾਂ ਕਰਾ ਲਾਂਗੇ। ਸਵਿਫਟ 2016 ਮਾਡਲ ਹੈ ਜੀ, VXI ਵੇਰੀਐਂਟ ਹੈ, ਸਿਰਫ ਔਰ ਸਿਰਫ 27,000 ਕਿਲੋਮੀਟਰ ਚੱਲੀ ਹੈ ਜੀ, ਫਸਟ ਓਨਰ ਹੈ, ਫੁੱਲ ਇੰਸ਼ੋਰਡ ਹੈ, ਮਤਲਬ ਨਵੀਂ ਕਾਰ ਹੈ, ਤੇ ਪ੍ਰਾਈਸ ਦੀ ਗੱਲ ਕਰੀਏ 5,40,000 ਰੁਪਏ ਦੇ ਬਜਟ 'ਚ ਹੈ ਜੀ। 5,40,000 ਦੀ ਸਵਿਫਟ 2016 ਮਾਡਲ VXI ਪੈਟਰੋਲ ਗੱਡੀ ਹੋਣ ਵਾਲੀ ਆ। ਫਿਰ ਜੀ ਲਗਜ਼ਰੀ ਸੈਗਮੈਂਟ ਦੇ ਵਿੱਚ ਆ ਜਾਂਦੀ ਹੈ ਮਰਸੀਡੀਜ਼। ਮਰਸੀਡੀਜ਼ ਹੈ ਜੀ, ਇਹ E250 ਹੈ, 2011 ਮਾਡਲ ਹੈ, 83,000 ਜੈਨੂਅਨ ਵਿਦ ਰਿਕਾਰਡ ਡਰਿਵਨ ਹੈ, ਫਸਟ ਓਨਰ ਹੈ, NOC ਲੁਧਿਆਣੇ ਦੀ ਨਿਕਲੀ ਹੋਈ ਹੈ ਜੀ, ਤੇ ਹਰ ਸਿਸਟਮ ਹਰ ਫੀਚਰ ਇਹਦੇ ਵਿੱਚ ਵਰਕਿੰਗ ਹੈ, ਸਾਨੂੰ ਪਾਰਕਿੰਗ ਸਟੀਅਰਿੰਗ ਕੰਟਰੋਲ ਆ ਗਿਆ, ਕਰੂਜ਼ ਕੰਟਰੋਲ ਆ ਗਿਆ, ਹੋਰ ਵੀ ਆਟੋਮੈਟਿਕ ਮਰਸੀਡੀਜ਼ ਦੇ ਵਿੱਚ ਇੰਨੇ ਕੁ ਫੀਚਰ ਆ, ਮਤਲਬ ਘੱਟ ਕਾਊਂਟ ਨਹੀਂ ਕਰ ਸਕਦੇ ਇੰਨੇ ਫੀਚਰ ਆਉਂਦੇ ਆ, ਘੱਟ ਪੈਸਿਆਂ ਦੇ ਵਿੱਚ ਤੁਹਾਨੂੰ ਮਤਲਬ ਲਗਜ਼ਰੀ ਬ੍ਰਾਂਡ ਮਿਲ ਰਿਹਾ, ਸਿਰਫ ਔਰ ਸਿਰਫ 7.5 ਲੱਖ ਦਾ। 7.5 ਲੱਖ ਦੇ ਵਿੱਚ ਤੁਸੀਂ ਮਰਸੀਡੀਜ਼ ਦੇ ਮਾਲਕ ਹੋ ਸਕਦੇ ਹੋ। ਫਿਰ ਆਏ ਜੀ ਸਿਆਜ਼, ਦੱਸਿਓ ਜੀ। ਬਿਲਕੁਲ ਸਰ, ਸਿਆਜ਼ ਲੈ ਕੇ ਆਏ ਹਾਂ, 2018 ਮਾਡਲ ਹੈ ਜੀ, ਡੈਲਟਾ ਵੇਰੀਐਂਟ ਹੈ, ਸਿਰਫ ਔਰ ਸਿਰਫ 22,000 ਕਿਲੋਮੀਟਰ ਚੱਲੀ ਡੀਜ਼ਲ ਵੇਰੀਐਂਟ ਦੇ ਵਿੱਚ, ਮਤਲਬ ਤੁਸੀਂ ਪੂਰਾ ਪੰਜਾਬ ਲੱਭ ਲਿਓ, 22,000 ਚੱਲੀ ਡੀਜ਼ਲ ਕਾਰ 2018 ਮਾਡਲ ਸਿਆਜ਼ ਨਹੀਂ ਮਿਲਣੀ ਕਿਤੇ ਵੀ, ਨਿਊ ਸ਼ੇਪ ਦੇ ਵਿੱਚ ਆ ਗਈ, ਫਸਟ ਓਨਰ ਹੈ, ਫੁੱਲ ਇੰਸ਼ੋਰਡ ਹੈ, ਸਿਰਫ ਔਰ ਸਿਰਫ 7.5 ਲੱਖ ਰੁਪਏ ਦੇ ਵਿੱਚ। 7.5 ਲੱਖ ਦੀ ਸਿਆਜ਼, ਲੈਸ ਡਰਿਵਨ ਗੱਡੀਆਂ ਹੋਣ ਵਾਲੀਆਂ ਜੀ ਅੱਜ ਜੀ। ਸਿਆਜ਼ ਦੱਸਿਓ ਭਾਜੀ। ਸਿਆਜ਼ 2016 ਮਾਡਲ ਹੈ ਜੀ, ਟੌਪ ਐਂਡ ਵੇਰੀਐਂਟ ਹੈ, RS ਮਾਡਲ ਹੈ, ਇਹਦੇ ਵਿੱਚ ਬਲੈਕ ਇੰਟੀਰੀਅਰ ਆ ਜਾਂਦਾ ਹੈ, ਡੀਜ਼ਲ ਵੇਰੀਐਂਟ ਹੈ, ਸਿਰਫ ਸਿਰਫ 75,000 ਚੱਲੀ ਹੈ ਜੀ, ਫਸਟ ਓਨਰ ਹੈ, ਫੁੱਲ ਇੰਸ਼ੋਰਡ ਹੈ, ਅਲਾਈ ਕੰਪਨੀ ਫਿਟਡ ਹੈ,
ਬਹੁਤ ਇਦਾਂ ਦੇ ਫੀਚਰਸ ਆ ਜਿੱਦਾਂ ਸਟੀਅਰਿੰਗ ਕੰਟਰੋਲ ਆ ਗਿਆ, ਟੱਚ ਸਕਰੀਨ ਨੈਵੀਗੇਸ਼ਨ ਫੀਚਰ ਆ ਗਏ, ਮਤਲਬ ਹਰ ਤਰ੍ਹਾਂ ਦਾ ਫੀਚਰ ਇਹਦੇ ਵਿੱਚ ਅਵੇਲੇਬਲ ਹੈ ਔਰ 25 ਪਲੱਸ ਦੀ ਐਵਰੇਜ ਹੈ। ਪ੍ਰਾਈਸ ਦੀ ਗੱਲ ਕਰੀਏ 6,75,000 ਰੁਪਏ ਦੀ ਰੇਂਜ 'ਚ, 6,75,000 ਦੀ ਸ਼ੇਅਰ। इसी के साथ आज की मजदूरी यही खत्म करते हैं। अगर तुम्हें वीडियो पसंद आई तो लाइक मारो यार, और अगर तुम लोग नए हो तो सब्सक्राइब करो।